ਸਸਟੀਕਲ ਮੈਂ ਹਾਂ ਨੀਹਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਭਗਵੰਤ ਮਾਨ ਨੇ 35,000 ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਕੀਤਾ ਐਲਾਨ। ਪੰਜਾਬ 'ਚ ਕੱਚੇ ਘਰਾਂ ਨੂੰ ਵੀ ਪੱਕੇ ਕਰਨ ਦੀ ਗੱਲ ਕਹੀ। ਮਜੀਠੀਆ ਦੀ ਨਿਆਇਕ ਹਿਰਾਸਤ 5 ਅਪ੍ਰੈਲ ਤੱਕ ਵਧਾਈ। ਨਸ਼ਾ ਤਸਕਰੀ ਦੇ ਮਾਮਲੇ 'ਚ ਪਟਿਆਲਾ ਦੀ ਜੇਲ੍ਹ 'ਚ ਬੰਦ ਹੈ ਬਿਕਰਮ ਮਜੀਠੀਆ। ਨਵਜੋਤ ਸਿੱਧੂ ਦਾ ਆਪ ਦੇ ਰਾਜ ਸਭਾ ਚਿਹਰੇ ਤੇ ਨਿਸ਼ਾਨਾ, ਕਿਹਾ ਇਹ ਦਿੱਲੀ ਦੇ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ। ਚੋਣਾਂ ਖਤਮ, ਮਹਿੰਗਾਈ ਸ਼ੁਰੂ, ਘਰੇਲੂ ਰਸੋਈ ਗੈਸ ਸਿਲੰਡਰ 50 ਰੁਪਏ ਹੋਇਆ ਮਹਿੰਗਾ, ਪੈਟਰੋਲ ਤੇ ਡੀਜ਼ਲ ਦੀ ਕੀਮਤ ਵੀ ਵਧੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਗਰੁੱਪ ਸੀ ਅਤੇ ਡੀ ਦੇ 35,000 ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਇਸ ਸੰਬੰਧੀ ਮੁੱਖ ਸਕੱਤਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਰੜਾ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਬਿੱਲ ਪਾਸ ਕਰਵਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੋਕਾਂ ਵੱਲੋਂ ਪ੍ਰਵਾਨ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੰਜਾਬ ਵਿੱਚ ਸੜਕਾਂ ਉੱਤੇ ਨਿਕਲਦੇ ਸੀ ਤਾਂ ਸਾਡੀਆਂ ਗੱਡੀਆਂ ਸਾਹਮਣੇ ਆ ਕੇ ਮੁਲਾਜ਼ਮ ਪੱਕੇ ਹੋਣ ਦੀ ਦੁਹਾਈ ਪਾਉਂਦੇ ਸਨ। ਕਈ ਵਾਰ ਤਾਂ ਉਹ ਆਪਣਾ ਦੁੱਖ ਸੁਣਾਉਂਦੇ ਹੋਏ ਰੋਣ ਵੀ ਲੱਗ ਪੈਂਦੇ ਸਨ। ਮਾਨ ਨੇ ਕਿਹਾ ਕਿ ਅਸੀਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਉੱਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੋਈ ਚੌਕ ਜਾਂ ਕੋਈ ਅਜਿਹੀ ਟੈਂਕੀ ਨਹੀਂ ਸੀ ਜਿੱਥੇ ਸਰਕਾਰ ਵੱਲੋਂ ਸਤਾਏ ਗਏ ਮੁਲਾਜ਼ਮਾਂ ਵੱਲੋਂ ਧਰਨਾ ਨਹੀਂ ਸੀ ਲਗਾਇਆ ਗਿਆ, ਪਰੰਤੂ ਹੁਣ ਸਰਕਾਰ ਬਦਲ ਗਈ ਹੈ ਅਤੇ ਅਸੀਂ ਹੁਣ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਸੜਕਾਂ ਉੱਤੇ ਨਹੀਂ ਰੁਲਣ ਦੇਵਾਂਗੇ। ਅੱਜ ਅਸੀਂ ਚੋਣਾਂ ਦੌਰਾਨ ਕੀਤੇ ਗਏ ਇੱਕ ਵਾਅਦੇ ਨੂੰ ਪੂਰਾ ਕਰਦਿਆਂ 35,000 ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋਰ ਵੀ ਵੱਡੇ ਫੈਸਲੇ ਲਏ ਜਾਣਗੇ। ਹੁਣ ਪੰਜਾਬ ਵਿੱਚ ਨਾ ਕੋਈ ਮੁਲਾਜ਼ਮ ਕੱਚਾ ਰਹੇਗਾ ਅਤੇ ਨਾ ਹੀ ਕੋਈ ਘਰ ਕੱਚਾ ਰਹੇਗਾ। ਜਦੋਂ ਅਸੀਂ ਚੋਣ ਪ੍ਰਚਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਜਾਂ ਸਾਡੀ ਹੋਰ ਲੀਡਰਸ਼ਿਪ, ਤਾਂ ਸਾਡੀ ਗੱਡੀ ਦੇ ਸ਼ੀਸ਼ੇ ਦੇ ਕੋਲ ਆ ਕੇ ਨੌਕ ਕੀਤਾ ਜਾਂਦਾ ਸੀ ਸ਼ੀਸ਼ਾ, ਅਤੇ ਸ਼ੀਸ਼ਾ ਖੁੱਲ੍ਹਦਾ ਸੀ ਤਾਂ ਬਹੁਤ ਸਾਰੇ ਮੁਲਾਜ਼ਮ ਮਿਲਦੇ ਸੀ ਕਿ ਅਸੀਂ ਕੱਚੇ ਹਾਂ ਜੀ, ਅਸੀਂ 18-18 ਸਾਲ ਤੋਂ ਕੱਚੇ ਹਾਂ ਜੀ, ਸਾਡੇ 'ਤੇ ਤਲਵਾਰ ਲਟਕ ਰਹੀ ਹੈ, ਪਤਾ ਨਹੀਂ ਕਦੋਂ ਕੱਢ ਦੇਣਗੇ ਸਾਨੂੰ, ਅਤੇ ਸਾਥੋਂ ਬਹੁਤ ਵੱਧ ਤਨਖਾਹਾਂ 'ਤੇ ਸਾਈਨ ਕਰਾਏ ਜਾਂਦੇ ਨੇ ਪਰ ਦਿੱਤੀਆਂ ਸਾਨੂੰ ਬਹੁਤ ਘੱਟ ਤਨਖਾਹਾਂ ਜਾਂਦੀਆਂ ਨੇ, ਬਾਕੀ ਜਿਹੜਾ ਮਾਰਜਨ ਹੈ ਠੇਕੇਦਾਰਾਂ ਦਾ ਜਾਂ ਆਊਟਸੋਰਸਿੰਗ ਕਰਨ ਵਾਲਿਆਂ ਦਾ, ਰੋਣ ਵੀ ਲੱਗ ਜਾਂਦੇ ਸੀ ਉਹ। ਸੋ ਅਸੀਂ ਵਾਅਦਾ ਕੀਤਾ ਸੀ ਚੋਣ ਪ੍ਰਚਾਰ ਦੌਰਾਨ ਕਿ ਅਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਅੱਜ ਜੋ ਮੈਂ ਫੈਸਲਾ ਕਰਨ ਲੱਗੇ ਹਾਂ ਬਹੁਤ ਇਤਿਹਾਸਿਕ ਹੈ, ਸ਼ਾਇਦ ਹੀ ਦੇਸ਼ ਦੇ ਵਿੱਚ ਕਿਸੇ ਗੌਰਮੈਂਟ ਨੇ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕੀਤਾ ਹੋਵੇ। ਗਰੁੱਪ ਸੀ ਅਤੇ ਗਰੁੱਪ ਡੀ ਦੇ 35,000 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਗਿਆ। ਮੈਂ ਆਪਣੇ ਸਾਰੇ ਅਫਸਰਾਂ ਨਾਲ ਮੀਟਿੰਗ ਕਰ ਲਈ, ਚੀਫ ਸੈਕਟਰੀ ਸਾਹਿਬ ਨੂੰ ਮੈਂ ਨਿਰਦੇਸ਼ ਦੇ ਦਿੱਤੇ ਨੇ ਕਿ ਇਹ ਠੇਕਾ ਪ੍ਰਣਾਲੀ ਅਤੇ ਆਊਟਸੋਰਸਿੰਗ ਤੋਂ ਖਹਿੜਾ ਛੁਡਾਓ। ਪੰਜਾਬ ਵਿਧਾਨ ਸਭਾ ਦੇ 3 ਦਿਨਾਂ ਸੈਸ਼ਨ ਦੇ ਆਖਰੀ ਦਿਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 3 ਮਹੀਨਿਆਂ ਲਈ 37,120 ਕਰੋੜ ਰੁਪਏ ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਖਜ਼ਾਨਾ ਮੰਤਰੀ ਨੇ ਦੱਸਿਆ ਕਿ 2,357 ਕਰੋੜ ਰੁਪਏ ਪੰਜਾਬ ਦੇ ਖੇਤੀ ਪੱਧਰ ਨੂੰ ਉੱਚਾ ਚੁੱਕਣ ਲਈ ਖਰਚੇ ਜਾਣਗੇ। ਇਸ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ 4,643 ਕਰੋੜ ਰੁਪਏ ਅਤੇ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਉੱਤੇ 145 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਟਰਾਂਸਪੋਰਟ ਉੱਤੇ 186 ਕਰੋੜ ਰੁਪਏ, ਸਿਹਤ ਅਤੇ ਪਰਿਵਾਰ ਭਲਾਈ ਉੱਤੇ 1,345 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉੱਧਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਣਾਏ ਗਏ ਮੰਤਰੀਆਂ ਨੇ ਵਿਭਾਗਾਂ ਦੀ ਵੰਡ ਤੋਂ ਬਾਅਦ ਆਪਣੇ ਆਪਣੇ ਅਹੁਦੇ ਸੰਭਾਲਣ ਤੋਂ ਬਾਅਦ ਸਾਰੇ ਮੰਤਰੀਆਂ ਨੇ ਕੰਮ ਵਾਲਾ ਮੋਰਚਾ ਸੰਭਾਲ ਲਿਆ ਹੈ। ਮੰਤਰੀਆਂ ਦੇ ਅਹੁਦੇ ਸੰਭਾਲਣ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਰਹੇ। ਪੰਜਾਬ ਸਰਕਾਰ ਵੱਲੋਂ 10 ਮੰਤਰੀ ਬਣਾਏ ਗਏ ਨੇ, ਜਿਨ੍ਹਾਂ ਵਿੱਚੋਂ 8 ਅਜਿਹੇ ਮੰਤਰੀ ਨੇ ਜੋ ਪਹਿਲੀ ਵਾਰ ਵਿਧਾਇਕ ਬਣੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਮੰਤਰੀਆਂ ਨੇ ਕਿਹਾ ਕਿ ਸਰਕਾਰ ਦਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾਵੇਗਾ। ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਵਿੱਚ ਕੋਈ ਸਿਫਾਰਿਸ਼ ਨਹੀਂ ਚੱਲੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀ ਨਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।
अकाली आगू बिक्रम सिंह मजीठिया नूं नशा तस्करी दे मामले विच अज वीडियो कानफ्रेंसिंग जरिए मोहाली दी अदालत विच पेश कीता गया। अदालत ने मजीठिया दा रिमांड बढ़ा के हुण 5 अप्रैल तक कर दिता है। त्यां रहि के बिक्रम मजीठिया नशा तस्करी दे आरोपां हेठ पटियाला दी जेल विच बंद है अते उस नूं पिछली पेशी तों बाद 22 मार्च तक न्यायिक हिरासत विच पटियाला जेल विच भेज दिता गया सी अते हुण उस दी न्यायिक हिरासत 5 अप्रैल तक बढ़ा दिती गई है। पंजाब विच नवीं बनी आम आदमी पार्टी दी सरकार ने मजीठिया खिलाफ जांच कर रही SIT दा पुनर्गठन भी कर दिता सी। नवीं SIT दी निगरानी हुण IGP क्राइम गुरशरण सिंह संधू करनगे। जिक्रयोग है कि पिछले साल 20 दसंबर नूं स्टेट क्राइम ब्रांच मोहाली ने STF दी रिपोर्ट दे आधार ते बिक्रम मजीठिया खिलाफ नशा तस्करी दे मामले विच केस दर्ज कीता सी। पंजाब दे नवें बने मुख्यमंत्री भगवंत मान आउंदी 24 मार्च नूं जनी दिन वीरवार नूं सवेरे 11 बजे प्रधानमंत्री नरेंद्र मोदी नाल नवीं दिल्ली विखे मुलाकात करनगे। मुख्यमंत्री बनने तों बाद भगवंत मान दी प्रधानमंत्री नाल इह पहली मुलाकात होएगी। जिक्रयोग है कि इस तों पहलां भगवंत मान ने मुलाकात लई प्रधानमंत्री नरेंद्र मोदी अते केंद्रीय गृह मंत्री अमित शाह कोलों समां मंगिया सी। इस मुलाकात दौरान भगवंत मान पंजाब नाल जुड़े मुद्दियां उत्ते भी प्रधान मंत्री नाल चर्चा करनगे। जिक्रयोग है कि भगवंत मान ने लंघी 16 मार्च नूं खटखड़ कलां विखे मुख्यमंत्री अहुदे दी सहुं चुकी सी। इस तों बाद प्रधानमंत्री नरेंद्र मोदी ने ट्वीट जरिए भगवंत मान नूं मुख्यमंत्री बनने की बधाई भी दित्ती सी। प्रधानमंत्री ने कहा सी कि पंजाब दे विकास अते लोकां दी भलाई लई ओह मिल के कम करनगे। ध्यान रहे कि पंजाब अते केंद्र सरकार विचकार सब तों अहम मुद्दा बार्डर की सुरक्षा का है। पंजाब विधानसभा सैशन के आखिरी दिन मुख्यमंत्री भगवंत मान ने गिदड़वाहा तो कांग्रसी विधायक अमरिंदर सिंह राजा वड़िंग नूं अजिहा सवाल किया जिसका जवाब ना देण कारण उन्हां दी सदन च किरकिरी हो गई। असल च मुख्यमंत्री भगवंत मान वल्लों शहीद भगत सिंह, शहीद राजगुरू अते शहीद सुखदेव की बरसी मौके 23 मार्च नूं छुट्टी का ऐलान किया गया सी। कांग्रसी विधायक वल्लों इसका विरोध किया गया। उन्हां कहा कि शहीदां दी बरसी मौके छुट्टी नहीं करनी चाहीदी बल्कि नौजवान पीढ़ी नूं इस संबंध च जागरूक किया जाना चाहिदा है। राजगुरु सुखदेव होरां दी बरसी है ते सिर्फ नवांशहर दे विच छुट्टी हुंदी सी। शहीद आजम कल्ले नवांशहर दे नहीं सी तां पूरे देश दे ने। सो असीं पंजाब सरकार वल्लों कल नूं पूरे पंजाब दे विच छुट्टी अते इह कह के कि तां कि बच्चे स्कूलां दे कालजां दे नौजवान मुंडे कुड़ियां उन्हां दे टीचर उन्हां दे मापे हुसैनी वाला जां खटखड़ कलां जा के उन्हां दी ਜ਼ਿੰਦਗੀ ਬਾਰੇ ਕੁਛ ਪੜ੍ਹ ਕੇ ਆਉਣ ਤੋਂ ਕੱਲ੍ਹ ਨੂੰ ਛੁੱਟੀ ਦਾ ਲਾਂਗੇ। ਰਾਜਾ ਵੜਿੰਗ ਜੀ, ਮਾਨ ਸਾਹਿਬ ਨੇ ਕਿਹਾ, ਸਪੀਕਰ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਕਿ ਉਹ ਪਿਛਲੀ ਵਾਰੀ ਇਹ ਬਦਲਤਾ ਸੀ। ਸ਼ਹੀਦ ਆਜ਼ਮ ਭਗਤ ਸਿੰਘ ਦੀ ਕੁਰਬਾਨੀ ਦੇ ਅੱਗੇ ਤਾਂ ਸਾਰੀ ਦੁਨੀਆ ਦਾ ਸਿਰ ਚੁੱਕਦਾ ਹੈ। ਬੇਸ਼ੱਕ ਉਹ ਪਿਛਲੀ ਸਰਕਾਰ ਸੀ, ਬੇਸ਼ੱਕ ਹੋਣ ਵਾਲੀ ਹੈ ਅਤੇ ਬੇਸ਼ੱਕ ਆਉਣ ਵਾਲੀ ਹੈ, ਲੇਕਿਨ ਛੁੱਟੀ ਮੇਰਾ ਖਿਆਲ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਦੇ ਨਾਮ ਨਾਲ ਦੇਣੀ ਠੀਕ ਹੈ। ਉਹ ਨਵਾਂ ਸ਼ਹਿਰ 'ਚ ਹੁੰਦੀ ਹੈ, ਉਹਦੇ ਨਾਲ ਕੋਈ ਬਹੁਤੀ ਮੈਂ ਸਮਝਦਾ ਕਿ ਸ਼ਰਧਾਂਜਲੀ ਅਰਪਿਤ ਨਹੀਂ ਹੋਣੀ। ਚੰਗਾ ਹੋਵੇਗਾ ਕਿ ਜੇ ਅਸੀਂ ਛੁੱਟੀ ਦੀ ਬਜਾਏ ਉਸ ਦਿਨ ਸਕੂਲਾਂ, ਕਾਲਜਿਸ, ਆਫਿਸ ਦੇ ਵਿੱਚ ਸ਼ਹੀਦ ਆਜ਼ਮ ਦੇ ਨਾਮ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ। ਕਈ ਜਿਹੜੀਆਂ ਬੱਚੇ ਹੈ, ਪੀੜ੍ਹੀਆਂ ਹੈ, ਕਿੱਦਾਂ ਕੁਰਬਾਨੀ ਕੀਤੀ, ਕਿੱਥੇ ਕਿੱਥੇ ਜੇਲ੍ਹਾਂ 'ਚ ਰਹੇ, ਸਾਡੇ ਵਾਲਿਆਂ 'ਚੋਂ ਨਹੀਂ ਪੂਰਿਆਂ ਨੂੰ ਪਤਾ ਕਿ ਕਿੱਥੇ ਕਿੱਥੇ ਹੋਇਆ। ਮੈਨੂੰ ਲੱਗਦਾ ਕਿ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਿ ਉਸ ਦਿਨ ਅਗਰ ਪੂਰਾ ਦਿਨ ਸੀਐਮ ਸਾਹਿਬ ਰਾਜਾ ਜੀ ਇਹ ਵੀ ਮੇਰੇ ਦਿਮਾਗ 'ਚ ਹੈ। ਤੁਹਾਨੂੰ ਪਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ ਹੈ ਜੀ? ਕਮਾਲ ਹੈ ਯਾਰ, ਤੁਹਾਨੂੰ ਇਹ ਨਹੀਂ ਪਤਾ ਕਿ ਜਨਮ ਦਿਨ 28 ਸਤੰਬਰ ਨੂੰ ਹੁੰਦਾ ਹੈ। 28 ਸਤੰਬਰ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਕੋਰੀਓਗ੍ਰਾਫੀਸ ਤੇ ਨਾਲ ਨਾਲ ਨਾਟਕ ਉਹਨਾਂ ਦੀ ਜ਼ਿੰਦਗੀ ਬਾਰੇ, ਉਹ ਜਿਹੜਾ ਪੂਰਾ ਦਿਨ ਸ਼ਹੀਦ ਆਜ਼ਮ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਣ ਨੂੰ ਹੋਊਗਾ। ਅੱਜ ਤੋਂ ਨੋਟ ਕਰ ਲਓ, 28 ਸਤੰਬਰ ਹੁੰਦਾ ਜੀ।
इस तो बाद मुख्यमंत्री भगवंत मान ने राजा वड़िंग तो पूछ लिया कि शहीद आजम सरदार भगत सिंह का जन्मदिन कदों हुंदा है। राजा वड़िंग चुप हो गए। तो मुख्यमंत्री ने कहा कि कमाल है, उन्होंने कहा कि 18 सितंबर को शहीद आजम सरदार भगत सिंह का जन्मदिन हुंदा है, उस दिन उन्हां दी जिंदगी बारे नाटक और कोरियोग्राफी हुंदी है। मुख्यमंत्री ने कहा कि कल की छुट्टी इसलिए की जा रही है ताकि लोग खास करके नौजवान शहीद भगत सिंह की स्मारक हुसैनी वाला जां उन्हां दे जद्दी पिंड खटखड़ कलां विखे जाके उन्हां नूं श्रद्धांजलि भेंट कर सकन। कांग्रेसी आगू नवजोत सिंह सिद्धू ने आम आदमी पार्टी दे राजसभा लई पंजाब तो चुने चेहरियां नूं लैके अरविंद केजरीवाल की नुक्ताचीनी की है। सिद्धू ने इन चेहरियां नूं दिल्ली रिमोट कंट्रोल की बैटरी दसिया अते कहा कि यह पंजाब दे नाल निरा धोखा है। सिद्धू ने ट्वीट करके कहा कि पंजाब विचों राजसभा मैंबरां दी चोण हरभजन सिंह भजी नूं छड के बाकी ओ नवीआं बैटरियां हन जिन्हां दा रिमोट कंट्रोल दिल्ली विच है। सिद्धू ने कहा कि पंजाब तों बाहर दे राजसभा मैंबर चुण के आम आदमी पार्टी दे कन्वीनर अरविंद केजरीवाल ने पंजाब नाल धोखा कीता है। जिक्रयोग है कि साबका क्रिकेटर हरभजन सिंह भजी तों अलावा आम आदमी पार्टी ने दिल्ली तों आप विधायक राघव चड्ढा ਅਤੇ ਸੰਦੀਪ ਪਾਠਕ ਦੀ ਰਾਜ ਸਭਾ ਲਈ ਚੋਣ ਕੀਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਦੋ ਵੱਡੇ ਕਾਰੋਬਾਰੀਆਂ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਨੂੰ ਵੀ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਡਾਕਟਰ ਜੀਵਨਜੋਤ ਕੌਰ ਨੇ ਕਿਹਾ ਕਿ ਸਿੱਧੂ ਚੋਣ ਹਾਰਨ ਤੋਂ ਬਾਅਦ ਹੁਣ ਵਿਹਲੇ ਬੈਠੇ ਹਨ ਅਤੇ ਅਜਿਹੇ ਬਿਆਨ ਦੇ ਰਹੇ ਨੇ। ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਦੀ ਹੱਤਿਆ ਤੋਂ ਬਾਅਦ ਭੜਕੀ ਹਿੰਸਾ 'ਚ 10 ਵਿਅਕਤੀਆਂ ਦੀ ਮੌਤ ਹੋ ਗਈ। ਬਾਗੂਤੀ ਪਿੰਡ 'ਚ ਤ੍ਰਿਣਮੂਲ ਕਾਂਗਰਸ ਦੇ ਆਗੂ ਭਾਦੂ ਸ਼ੇਖ ਦੇ ਕਤਲ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਦਰਜਨਾਂ ਘਰਾਂ ਵਿੱਚ ਅੱਗ ਲਗਾ ਦਿੱਤੀ, ਜਿਸ 'ਚ 10 ਵਿਅਕਤੀ ਜਿਉਂਦੇ ਹੀ ਸੜ ਗਏ। ਛਾਣ ਪੀਣ ਦੌਰਾਨ ਪੁਲਿਸ ਨੂੰ ਇੱਕ ਘਰ ਵਿੱਚੋਂ ਹੀ 7 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਭਾਦੂ ਸ਼ੇਖ ਹੱਤਿਆ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਭਾਦੂ ਸ਼ੇਖ ਤ੍ਰਿਣਮੂਲ ਕਾਂਗਰਸ ਦੇ ਰਾਮਪੁਰ ਹਾੜ ਤੋਂ ਪੰਚਾਇਤ ਆਗੂ ਸਨ ਅਤੇ ਉਹ ਸੋਮਵਾਰ ਨੂੰ ਸੜਕ ਉੱਤੇ ਜਾ ਰਹੇ ਸਨ, ਜਿਸ ਦੌਰਾਨ ਉਹਨਾਂ ਉੱਤੇ ਬੰਬ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਸ ਦੇ ਚੱਲਦਿਆਂ ਉਹਨਾਂ ਨੂੰ ਰਾਮਪੁਰ ਹਾਰਟ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ। ਪੰਜਾਬ ਦੇ 5 ਸੂਬੇ ਵਿੱਚ ਚੋਣਾਂ ਦਾ ਕੰਮ ਖਤਮ ਹੋ ਗਿਆ ਅਤੇ ਹੁਣ ਮਹਿੰਗਾਈ ਵਧਣੀ ਵੀ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਅੱਜ ਘਰੇਲੂ ਰਸੋਈ ਗੈਸ ਦਾ ਸਿਲੰਡਰ ਵੀ 50 ਰੁਪਏ ਮਹਿੰਗਾ ਹੋ ਗਿਆ। ਰਾਜਧਾਨੀ ਦਿੱਲੀ ਵਿੱਚ ਹੁਣ ਘਰੇਲੂ ਰਸੋਈ ਗੈਸ ਦਾ ਇੱਕ ਸਿਲੰਡਰ 949.50 ਰੁਪਏ ਦਾ ਮਿਲਣ ਲੱਗਾ। ਇਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ 80-80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 96.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ ਵੀ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕਾਂਗਰਸ ਪਾਰਟੀ ਨੇ ਰਸੋਈ ਗੈਸ ਦੀਆਂ ਕੀਮਤਾਂ 'ਚ 50 ਰੁਪਏ ਦੇ ਵਾਧੇ ਖਿਲਾਫ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਦੇ ਅਜਿਹੇ ਅੱਛੇ ਦਿਨਾਂ ਦੀ ਕੋਈ ਲੋੜ ਨਹੀਂ ਹੈ। ਇੱਕ ਵਾਰ ਮੁੜ ਤੋਂ ਰੁਕ ਕਰਦੇ ਹਾਂ ਅੱਜ ਦੀਆਂ ਤਾਜ਼ਾਤਰੀਨ ਖਬਰਾਂ ਤੇ। ਭਗਵੰਤ ਮਾਨ ਨੇ 35,000 ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਕੀਤਾ ਐਲਾਨ। ਪੰਜਾਬ 'ਚ ਕੱਚੇ ਘਰਾਂ ਨੂੰ ਵੀ ਪੱਕੇ ਕਰਨ ਦੀ ਗੱਲ ਕਹੀ। ਮਜੀਠੀਆ ਦੀ ਨਿਆਇਕ ਹਿਰਾਸਤ 5 ਅਪ੍ਰੈਲ ਤੱਕ ਵਧਾਈ। ਨਸ਼ਾ ਤਸਕਰੀ ਦੇ ਮਾਮਲੇ 'ਚ ਪਟਿਆਲਾ ਦੀ ਜੇਲ੍ਹ 'ਚ ਬੰਦ ਹੈ ਬਿਕਰਮ ਮਜੀਠੀਆ। ਨਵਜੋਤ ਸਿੱਧੂ ਦਾ ਆਪ ਦੇ ਰਾਜ ਸਭਾ ਚਿਹਰੇ ਤੇ ਨਿਸ਼ਾਨਾ, ਕਿਹਾ ਇਹ ਦਿੱਲੀ ਦੇ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ। ਚੋਣਾਂ ਖਤਮ, ਮਹਿੰਗਾਈ ਸ਼ੁਰੂ, ਘਰੇਲੂ ਰਸੋਈ ਗੈਸ ਸਿਲੰਡਰ 50 ਰੁਪਏ ਹੋਇਆ ਮਹਿੰਗਾ, ਪੈਟਰੋਲ ਤੇ ਡੀਜ਼ਲ ਦੀ ਕੀਮਤ ਵੀ ਵਧੀ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਹੋਰ ਖਬਰਾਂ ਲਈ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਂ ਦੇ ਇਜਾਜ਼ਤ, ਧੰਨਵਾਦ।